ਪਹਾੜੀ ਸੂਬੇ 'ਚ ਭਾਰੀ ਮੀਂਹ ਕਾਰਨ ਪੰਜਾਬ 'ਚ ਪਾਣੀ ਦਾ ਪੱਧਰ ਹੁਣ ਤਬਾਹੀ ਮਚਾ ਰਿਹਾ ਹੈ। ਨੰਗਲ ਪਾਖੜਾ ਡੈਮ ਤੋਂ ਸਤਲੁਜ ਦਰਿਆ 'ਚ ਛੱਡੇ ਜਾ ਰਹੇ ਪਾਣੀ ਨੇ ਜਲੰਧਰ 'ਚ ਤਬਾਹੀ ਮਚਾਈ ਹੋਈ ਹੈ। ਇੱਥੋਂ ਦੇ ਸ਼ਾਹਕੋਟ ਹਲਕਾ ਵਿੱਚ ਸਤਲੁਜ ਦਰਿਆ ਦਾ ਬੰਨ ਟੁੱਟ ਗਿਆ ਹੈ ਅਤੇ ਕਈ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ। ਪਿੰਡ ਮੰਡਾਲਾ ਵਿੱਚ ਸਤਲੁਜ ਦਰਿਆ ਦਾ ਬੰਨ ਟੁੱਟਣ ਕਾਰਨ 150 ਫੁੱਟ ਲੰਬਾ ਪਹਾੜ ਪੈ ਗਿਆ। ਗਿੱਦੜ ਪਿੰਡੀ ਵਿੱਚ ਵੀ ਬੰਨ ਟੁੱਟਣ ਕਾਰਨ ਕਈ ਪਿੰਡ ਪ੍ਰਭਾਵਿਤ ਹੋਏ ਹਨ। ਪੰਜਾਬ 'ਚ ਬਾਰਿਸ਼ ਨੇ ਕਈ ਜ਼ਿਲ੍ਹਿਆਂ 'ਚ ਹੜ੍ਹ ਬਣ ਕੇ ਤਬਾਹੀ ਮਚਾਈ ਹੋਈ ਹੈ। ਜਲੰਧਰ 'ਚ ਕਸਬਾ ਲੋਹੀਆ ਅਤੇ ਸ਼ਾਹਕੋਟ ਇਲਾਕੇ ਦੇ ਹੋਰ ਪਿੰਡਾਂ 'ਚ ਸਤਲੁਜ ਦਰਿਆ 'ਚ ਕਰੀਬ 150 ਫੁੱਟ ਪਹਾੜ ਪੈ ਗਿਆ, ਜਿਸ ਕਾਰਨ ਆਸ ਪਾਸ ਦੇ 8 ਪਿੰਡਾਂ ਨੂੰ ਸਤਲੁਜ ਦਰਿਆ ਨੇ ਪ੍ਰਭਾਵਿਤ ਕੀਤਾ ਹੈ, ਜਿਸ ਵਿੱਚ ਪਾਣੀ ਭਰ ਗਿਆ ਹੈ। ਪ੍ਰਸ਼ਾਸਨ ਅਜਿਹੇ ਲੋਕਾਂ ਨੂੰ ਜੋ ਕਿ ਇਸ ਹੜ੍ਹ ਤੋਂ ਪਰੇਸ਼ਾਨ ਹਨ ਉਹਨਾਂ ਨੂੰ ਕੱਢਣ 'ਚ ਲੱਗਿਆ ਹੋਇਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ 8 ਤੋਂ ਇਲਾਵਾ 20 ਤੋਂ 22 ਪਿੰਡ ਵੀ ਇਸ ਦੀ ਲਪੇਟ 'ਚ ਆ ਸਕਦੇ ਹਨ। ਜਲੰਧਰ ਦੇ SSP ਨੇ ਸਾਰੇ ਪਿੰਡ ਵਾਸੀਆਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਹੈ। ਹਾਂਜੀ ਸਰ, ਮੌਕੇ ਦੌਰਾ ਕਰਨ ਆਏ ਹੋ, ਕੀ ਸਥਿਤੀ ਹੈ? ਇਹ ਪਿੰਡ ਦੇ ਵਿੱਚ ਜਿਹੜਾ ਤਕਰੀਬਨ 150 ਫੁੱਟ ਦਾ ਜਿਹੜਾ ਪਹਾੜ ਪੈਣ ਦੇ ਕਾਰਨ ਸਾਡੇ 8 ਪਿੰਡ ਜਿਹੜੇ ਨੇ ਉਹ ਲੋਹੀਆਂ ਥਾਣੇ ਦੇ ਪ੍ਰਭਾਵਿਤ ਹੋਏ ਨੇ, ਔਰ ਪਾਣੀ ਜਿਸ ਤਰੀਕੇ ਨਾਲ ਆ ਰਿਹਾ ਸਾਨੂੰ ਲੱਗਦਾ ਹੈ ਵੀ 20 ਤੋਂ 22 ਪਿੰਡ ਜਿਹੜੇ ਆ ਹੋਰ ਪ੍ਰਭਾਵਿਤ ਹੋਣਗੇ। ਸੋ ਮੈਂ ਮੀਡੀਆ ਰਾਹੀਂ ਲੋਕਾਂ ਨੂੰ ਬੇਨਤੀ ਕਰਦਾ ਵੀ ਜਿਹੜੀ ਪ੍ਰਸ਼ਾਸਨ ਦੀ ਅਪੀਲ ਹੈ ਉਹਨੂੰ ਮੰਨਿਆ ਜਾਵੇ ਔਰ ਇਮੀਡੀਏਟਲੀ ਜਿਹੜੀ ਜਗ੍ਹਾ ਹੈ ਉਹ ਖਾਲੀ ਕੀਤੀ ਜਾਵੇ। ਸਭ ਤੋਂ ਪਹਿਲਾਂ ਆਪਾਂ ਆਪਣੀ ਜਾਨ ਬਚਾਉਣੀ ਹੈ, ਉਸ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਨੈਕਸਟ ਜਿਹੜਾ ਜੋ ਵੀ ਪਰਮਾਤਮਾ ਨੂੰ ਮਨਜ਼ੂਰ ਹੋਏਗਾ। ਇਸ ਦੇ ਲਈ ਜਿਹੜਾ ਸਿਵਲ ਡਿਪਾਰਟਮੈਂਟ ਨੇ ਰਿਲੀਫ ਕੈਂਪ ਜਿਹੜੇ ਲੋਹੀਆਂ ਵੀ ਲਗਾ ਦਿੱਤਾ ਆ, ਉੱਥੇ ਪਹੁੰਚਣ, ਉੱਥੇ ਜਿੰਨੀ ਕੁ ਸੁਵਿਧਾ ਹੋਈ ਅਸੀਂ ਵੱਧ ਤੋਂ ਵੱਧ ਉਹਨਾਂ ਨੂੰ ਮੁਹੱਈਆ ਕਰਾਵਾਂਗੇ। ਔਰ ਸਾਡੀ ਬੇਨਤੀ ਹੈ ਵੀ ਜਿਹੜੀਆਂ ADRF ਜਾਂ NDRF ਦੀਆਂ ਸਾਡੀਆਂ ਟੀਮਾਂ ਨੇ ਉਹਨਾਂ ਦਾ ਵੀ ਬਿਲਕੁਲ ਸਾਥ ਦਿੱਤਾ ਜਾਵੇ ਇਸ ਟਾਈਮ ਦੇ ਉੱਤੇ। ਜਿੰਨੇ ਵੀ ਇੱਥੇ ਲੋਕੀ ਅਸੀਂ ਇਵੈਕੂਏਟ ਕਰਾ ਕੇ ਲਿਆਉਂਦੇ ਨੇ ਉਹਨਾਂ ਦੇ ਵੀ ਖਾਣ ਪੀਣ ਦਾ ਪ੍ਰਬੰਧ ਜਿਹੜਾ ਅਸੀਂ ਲੋਹੀਆਂ ਕੀਤਾ ਹੋਇਆ, ਔਰ ਸਾਰਿਆਂ ਨੂੰ ਮੇਰੀ ਵਾਰ ਵਾਰ ਇੱਕੋ ਅਪੀਲ ਹੈ ਵੀ ਉਹ ਸਾਡਾ ਕਹਿਣਾ ਮੰਨਣ। ਕੱਲ੍ਹ ਜਿਸ ਤਰ੍ਹਾਂ ਇੱਕ ਲੜਕੇ ਨੂੰ ਵਾਰ ਵਾਰ ਪਿੰਡ ਵਾਲਿਆਂ ਦੇ ਕਹਿਣ ਦੇ ਬਾਵਜੂਦ ਉਹ 2 ਲੜਕੇ ਜਿਹੜੇ ਆ ਮੋਟਰਸਾਈਕਲ ਸਮੇਤ ਪਾਣੀ 'ਚ ਵੜ ਗਏ ਸੀਗੇ, ਮੋਟਰਸਾਈਕਲ ਸਲਿੱਪ ਹੋ ਗਿਆ, ਇੱਕ ਲੜਕਾ ਹਜੇ ਤੱਕ ਸਾਨੂੰ ਮਿਲਿਆ ਨਹੀਂ, ਉਹਦਾ ਮੋਟਰਸਾਈਕਲ ਸਾਨੂੰ ਮਿਲ ਗਿਆ। ਸੋ ਇਹ ਬੜੀ ਅਨਫਾਰਚੂਨੇਟ ਘਟਨਾ ਹੈ ਜਿਹੜੀ ਸਾਰੀ ਜ਼ਿੰਦਗੀ ਸਾਨੂੰ ਵੀ ਅਤੇ ਪਿੰਡ ਵਾਲਿਆਂ ਨੂੰ ਵੀ ਨਹੀਂ ਭੁੱਲਣੀ। ਸੋ ਸਾਡੀ ਬੇਨਤੀ ਹੈ ਵੀ ਸਾਡਾ ਜਿਹੜਾ ਆ ਕਹਿਣਾ ਮੰਨਿਆ ਜਾਵੇ। ਕਿਹੜੇ ਪਿੰਡ ਦਾ ਲੜਕਾ ਸੀ ਜੀ? ਇਹ ਇਸੇ ਏਰੀਏ ਦਾ ਲੜਕਾ ਸੀਗਾ, ਉਹਦਾ ਨਾਮ ਅਰਸ਼ਦੀਪ ਹੈਗਾ, 22 ਸਾਲ ਦਾ ਲੜਕਾ ਸੀਗਾ। ਪਿੰਡ ਦਾ ਨਾਮ ਮੈਨੂੰ ਹਜੇ ਨਹੀਂ ਯਾਦ, ਪਰ ਉਹ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਪ੍ਰਸ਼ਾਸਨ ਵੱਲੋਂ? ਹੈਲਪਲਾਈਨ ਨੰਬਰ ਦੇਖੋ ਸਾਡੇ ਕੋਲ ਇੱਕ ਤਾਂ ਫਲੱਡ ਰਿਲੀਫ ਦਾ ਹੈਗਾ, ਇੱਕ 112 ਦੇ ਉੱਤੇ ਜਿੱਥੇ ਵੀ ਲੋੜ ਪੈਂਦੀ ਹੈ ਇਮੀਡੀਏਟਲੀ ਸਾਨੂੰ ਕਾਲ ਕਰਨ। 2 ਕਾਲਾਂ ਸਾਨੂੰ ਆਈਆਂ ਸੀ, ਸਾਡੇ SP ਸਾਹਿਬ ਤੇ ਜਿਹੜੇ SHO ਨੇ ਉੱਥੇ ਜਾ ਕੇ ਮੌਕੇ ਤੇ ਉਹਨਾਂ ਨੂੰ ਰਿਲੀਫ ਕਰ ਚੁੱਕੇ ਨੇ, ਉਹਨਾਂ ਨੂੰ ਇਵੈਕੂਏਟ ਕਰਾ ਚੁੱਕੇ ਨੇ ਔਰ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਮੁਹੱਈਆ ਕਰਾ ਚੁੱਕੇ ਨੇ। ਬਾਬਾ ਜੀ, ਇੱਕ ਵਾਰ ਫਿਰ ਜਿਹੜਾ ਹੈ ਸੰਕਟ ਦੀ ਘੜੀ ਹੈ ਸ਼ਾਹਕੋਟ ਹਲਕੇ ਦੇ ਵਸਨੀਕਾਂ ਵਾਸਤੇ, ਇੱਕ ਮੰਡਾਲਾ ਜਿਹੜਾ ਪਿੰਡ ਹੈ ਉੱਥੋਂ ਜਿਹੜਾ ਤੁਸੀਂ ਬੰਨ ਟੁੱਟਿਆ ਹੈ, ਦੁਬਾਰਾ ਫਿਰ ਇਹੀ ਬੰਨ ਦੁਆਰਾ ਉਸੇ ਲਗਭਗ ਸਥਾਨ ਤੋਂ ਟੁੱਟਿਆ ਹੈ, ਕੀ ਕਾਰਨ ਸਮਝਦੇ ਹੋ ਅਤੇ ਕੀ ਮੌਕੇ ਦੇ ਹਾਲਾਤ ਨੇ? ਪਹਿਲੀ ਗੱਲ ਤਾਂ ਇਹ ਆ ਕਿ ਇਸ ਵੇਲੇ ਜਿਹੜਾ ਪਾਣੀ ਟੁੱਟਣ ਦਾ ਪਹਿਲਾ ਸਭ ਤੋਂ ਵੱਡਾ ਕਾਰਨ ਤਾਂ ਪਾਣੀ ਆ, ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਹੋਈ, ਇਸੇ ਕਰਕੇ ਜਿਹੜਾ ਹੈਗਾ ਪਾਣੀ 4 ਸਵੇਰੇ ਅਸੀਮ ਜਿਹਾ ਫਿਰਦਾ। ਇੱਕ ਤਾਂ ਇਹ ਬੇਈ ਦਾ ਜਾਂ ਦਰਿਆ ਦਾ ਪਾਣੀ ਹੋਊਗਾ, ਤੁਸੀਂ ਪਿੰਡਾਂ ਦੇ ਵਿੱਚ ਵੀ ਸਾਰੇ ਜਿਹੜੇ ਹੈਗੇ ਆ ਹਰ ਪਾਸੇ ਪਾਣੀ ਹੈ ਕਿ ਬਹੁਤ ਜ਼ਿਆਦਾ ਬਾਰਿਸ਼ ਹੋਈ। ਦੂਸਰਾ ਇਹ ਕਾਰਨ ਆ ਕਿ ਇਹਦੀ ਜਿਹੜਾ ਜਿਸ ਤਰ੍ਹਾਂ ਹੁਣ ਪਾਣੀ ਪਿੱਛੋਂ 300 ਕਿਊਸਿਕ ਦੇ ਗੇੜ ਜੋ ਦੱਸਦੇ ਆਇਆ, ਹੋ ਸਕਦਾ ਜ਼ਿਆਦਾ ਵੀ ਹੈ, ਹੋ ਸਕਦਾ ਉਹਦੇ ਹਿਸਾਬ ਦੇ ਨਾਲ 4 ਫੁੱਟ ਘੱਟੋ ਘੱਟ ਅਸੀਂ ਬੰਨ ਜਿਹੜੇ ਸੀਗੇ ਪਹਿਲਾਂ ਨਾਲੋਂ ਅਸੀਂ ਉਹ ਕੋਸ਼ਿਸ਼ ਕੀਤੀ ਸੀਗੀ ਕਿ ਉੱਚੇ ਹੋਣ ਇਹਨਾਂ ਨੇ ਮਹਿਕੂਲ ਕਰਵਾ ਕੇ, ਉੱਥੇ ਸੜਕਾਂ ਵੀ ਬਣੀਆਂ ਪੂਰੀਆਂ ਇਹਨਾਂ ਦੇ ਵੀ ਇਹ ਹਾਈਟ
ਜਦੋਂ ਪੂਰੀ ਹਾਈਟ ਹੈ ਤਾਂ ਉਹਦੇ ਉੱਤੋਂ ਦੀ ਪਾਣੀ ਲੰਘਣਾ ਨਹੀਂ ਸੀ ਚਾਹੀਦਾ, ਜੇ ਉਹ ਉੱਥੇ ਵੀ ਪਾਣੀ ਉੱਪਰ ਦੀ ਲੰਘ ਕੇ ਟੁੱਟਾ, ਇੱਥੋਂ ਜਿਹੜਾ ਪਾਣੀ ਟੁੱਟਾ ਇਹ ਥੱਲੇ ਕੋਈ ਖੋਲ ਹੋਊਗਾ ਜਾਂ ਚੂਹੇ ਦੀ ਖੁੱਡ ਹੋਊਗੀ ਜਾਂ ਹੋਰ ਕੁਛ ਆ, ਉਹਦੇ ਬਾਰੇ ਸਾਨੂੰ ਨਹੀਂ ਪਤਾ। ਇਹ ਇੱਥੋਂ ਜਿਹੜਾ ਟੁੱਟਾ ਉਹ ਪਾਣੀ ਥੱਲੇ ਦੀ ਨਿਕਲਿਆ, ਓਵਰਫਲੋ ਇਹ ਨਹੀਂ ਹੋਇਆ, ਕਿਉਂਕਿ ਇਹ ਤਾਂ ਇੰਨਾ ਮਜ਼ਬੂਤ ਆ, ਤੁਸੀਂ ਦੇਖੋਗੇ ਤਿੰਨ ਤਿੰਨ ਗੱਡੀਆਂ ਦੇ ਉੱਤੇ ਤੁਸੀਂ ਨਿਗਾ ਸਕਦੇ, ਤੁਸੀਂ ਦੂਸਰੇ ਬੰਨਾਂ 'ਤੇ ਵੀ ਜਾਂਦੇ। ਇਹ ਹੋਲ ਕਰਕੇ ਟੁੱਟਾ। ਅਤੇ ਸਭ ਤੋਂ ਅੱਗੇ ਜਿਹੜੀ ਜੋ ਰੇਲਵੇ ਪੌਲ ਆ ਖੇਦੜ ਪਿੰਡੀ, ਇਹਦੀ ਜਿਹੜੀ ਆ ਡੀਸ਼ਲਟਿੰਗ ਨਹੀਂ ਹੋਈ। ਅਸੀਂ ਲਗਾਤਾਰ 2-3 ਸਾਲ ਉਹ ਡੀਸ਼ਲਟਿੰਗ ਵੀ ਕੀਤੀ, ਮਿੱਟੀ ਕੱਢੀ ਵੀ, ਲੋਕ ਆਪਣੇ ਪਿੰਡਾਂ 'ਚ ਗਰਾਊਂਡਾਂ 'ਚ ਖੇਤਾਂ 'ਚ ਸਾਰੇ ਉਹ ਮਿੱਟੀ ਵੀ ਜਿਹੜੀ ਹੈਗੀ ਹੈ ਲੋਕਾਂ 'ਤੇ ਪਈ ਆ, ਜਿਹੜੇ ਹੁਣ ਪਾਣੀ 'ਚ ਡੁੱਬਿਆ। ਜਦੋਂ ਸੁੱਕਾ ਹੁੰਦਾ ਇਹ ਸਾਰੇ ਅਧਿਕਾਰ ਇਹਨਾਂ ਕੋਲ ਆ ਜਾਂਦੇ ਆ ਵੀ ਇੱਥੇ ਮਹਿਕਮਾ ਬੈਠਾ ਆ ਦੂਸਰਾ। ਅੱਜ ਲੋਕ ਜਿਹੜੇ ਹੈਗੇ ਰੁੜੇ, ਦੁੱਖ ਆ ਬਹੁਤ ਮਨ ਦੇ ਉੱਤੇ ਕਿ ਅਸੀਂ ਲਗਾਤਾਰ ਇਹ ਯਤਨ ਕਰਕੇ ਵੀ ਇਹ ਜਿਹੜੀ ਸਮੱਸਿਆ ਹੱਲ ਨਹੀਂ ਹੋਈ। ਇਹ ਮੁੱਦਾ ਅਸੀਂ ਸੰਸਦ ਦੇ ਵਿੱਚ ਵੀ ਉਠਾਇਆ ਸੀ, ਇਹ ਮੁੱਦਾ ਅਸੀਂ ਹਰ ਵੇਲੇ, ਪਰ ਅਫਸੋਸ ਆ ਕਿ ਪਤਾ ਨਹੀਂ ਕੌਣ ਇਹਨੂੰ ਰੋਕ ਰਿਹਾ ਕਿ ਇੰਨੇ ਲੋਕਾਂ ਦਾ ਕਾਰਨ ਹੋ ਗਿਆ ਇਹਦੀ ਡੀਸ਼ਲਟਿੰਗ ਨਹੀਂ ਹੋਈ। ਪਾਣੀ ਤਾਂ ਹੈ, ਪਾਣੀ ਲੰਘ ਜਾਣਾ ਸੀ ਜੇ ਫਲੋਰ ਤੋਂ ਜਾ ਕੇ ਕਾਵਾਂ ਵਾਲੇ ਪੱਤਣ ਤੋਂ, ਉਹ ਪਾਣੀ ਲੰਘ ਸਕਦਾ, ਉਹ ਲੁਧਿਆਣੇ ਉਹ ਲੰਘ ਸਕਦਾ, ਕਿੰਨੇ ਬੋਲਾ ਆ ਫਿਰ ਉਹ ਸਿੱਧਵਾਂ ਬੇੜ ਤੋਂ ਲੰਘ ਸਕਦਾ, ਤੇ ਫਿਰ ਇੱਥੇ ਗਿੱਦੜ ਪਿੰਡੀ ਕਿਉਂ ਨਹੀਂ ਲੰਘ ਸਕਦਾ। ਐਸਐਮਜ਼ਡ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।